ਇਸ ਤਰ੍ਹਾਂ ਆਪਣਾ ਕਮੀਜ਼ ਕਟਿੰਗ ਕੀਤਾ ਹੋਇਆ ਹੁੰਦਾ ਜੀ। ਕਮੀਜ਼ ਦੀ ਕਟਿੰਗ ਉੱਪਰ ਆਈ ਬਟਨ ਵਿੱਚ ਦਿੱਤਾ ਹੋਇਆ ਲਿੰਕ ਜੀ, ਉੱਥੋਂ ਦੇਖ ਸਕਦੇ ਹੋ ਜੀ। ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦਾ ਪੀਸ ਚੰਗੀ ਤਰ੍ਹਾਂ ਧੋ ਲੈਣਾ ਜੀ, ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਮਾਰ ਲੈਣਾ, ਇੱਦਾਂ ਇਹਨੂੰ ਵਿਛਾਉਣਾ ਜੀ, ਡਬਲ ਫੋਲਡ ਕਰ ਲੈਣੀ ਹੈ ਕੱਪੜੇ ਨੂੰ ਜੀ, ਅਤੇ ਬਾਅਦ 'ਚ ਉਹਦੀ ਵੀ ਦੁਬਾਰਾ ਫੋਲਡ ਕਰ ਲੈਣੀ ਹੈ ਜੀ। ਇਹਨੂੰ ਪ੍ਰੋਪਰ ਤਰੀਕੇ ਨਾਲ ਵਿਛਾ ਲਓ ਜੀ, ਸਾਂਝਾ ਪਾਸਾ ਰੱਖਣਾ ਆਪਾਂ ਪਰਲੇ ਪਾਸੇ ਜੀ। ਧੋਣ ਤੋਂ ਬਾਅਦ ਚਾਹੇ ਆਡਾ ਹੋਵੇ ਚਾਹੇ ਸਿੱਧਾ ਹੋਵੇ, ਜਿਵੇਂ ਮਰਜ਼ੀ ਲਾ ਸਕਦੇ ਤੁਸੀਂ ਲਾਈਨਿੰਗ ਜੀ। ਫਿਰ ਤੁਸੀਂ ਕੀ ਕਰਨਾ, ਕਮੀਜ਼ ਦੀ ਬੈਕ ਸਾਈਡ ਲੈਣੀ ਹੈ ਜੀ, ਫਰੰਟ ਪੱਲੇ ਨਾਲ ਨਾ ਕੱਟਿਓ, ਬੈਕ ਸਾਈਡ ਲੈਣੀ ਹੈ ਜੀ। ਬੈਕ ਸਾਈਡ ਨੂੰ ਉਹਦੇ ਉੱਪਰ ਵਿਛਾ ਲਓ ਲਾਈਨਿੰਗ ਦੇ, ਤਸੱਲੀ ਨਾਲ ਇਹਦੇ ਵਿੱਚ ਕੋਈ ਵਲ ਪੱਤਾ ਨਾ ਰਹੇ, ਪ੍ਰੋਪਰ ਤਰੀਕੇ ਨਾਲ ਉਹਨੂੰ ਵਿਛਾ ਲਓ ਜੀ, ਬਿਲਕੁਲ ਪ੍ਰੋਪਰ ਸਿੱਧਾ ਕਰਕੇ। ਆਹ ਦੇਖੋ ਸਾਈਡ ਤੋਂ ਜਿਵੇਂ ਇੰਚ ਇੰਚ ਡੇਢ ਡੇਢ ਇੰਚ ਵੱਧ ਰੱਖ ਲਿਓ ਲਾਈਨਿੰਗ ਨੂੰ, ਅਤੇ ਇੰਚ ਇੰਚ ਵੱਧ ਕੱਟ ਲਿਓ ਜੀ। ਪਹਿਲਾਂ ਹੀ ਪੀਸ ਨੂੰ ਬਸ ਕਟਿੰਗ ਕਰ ਲੈਣਾ, ਬਾਅਦ ਵਿੱਚ ਆਪਾਂ ਕੱਚੀ ਪਾਵਾਂਗੇ, ਉਹ ਦੱਸਦੇ ਹਾਂ ਕਿਵੇਂ ਪਾਉਣੀ ਹੈ ਜੀ। ਆਹ ਪੀਸ ਵੇਖੋ, ਇੰਨੇ ਇੰਨੇ ਸਪੇਸ ਵੱਧ ਰੱਖ ਕੇ ਵਿਛਾ ਲਿਓ ਜੀ। ਹੁਣ ਆਪਾਂ ਇੰਚ ਡੇਢ ਡੇਢ ਇੰਚ ਵੱਧ ਕਟਿੰਗ ਕਰ ਲਵਾਂਗੇ, ਪੂਰੇ ਪੀਸ ਦੀ ਅਸੀਂ ਪ੍ਰੋਪਰ ਕਟਿੰਗ ਕਰ ਲਵਾਂਗੇ ਜੀ। ਯਾਦ ਰੱਖਿਓ, ਪਰ ਪੱਲਾ ਤੁਸੀਂ ਬੈਕ ਹੀ ਰੱਖ ਕੇ ਉੱਪਰ ਕਟਿੰਗ ਕਰਨੀ ਹੈ, ਫਰੰਟ ਰੱਖ ਕੇ ਨਾ ਕਟਿੰਗ ਕਰਿਓ ਜੀ। ਬੈਕ ਪੱਲਾ ਰੱਖ ਕੇ ਫਿਰ ਕਟਿੰਗ ਕਰਿਓ, ਜਿਹਦੇ ਨਾਲ ਫਰੰਟ ਪੱਲੇ ਦੀ ਕਟਿੰਗ ਆਪਾਂ ਬਾਅਦ 'ਚ ਵੀ ਕਰ ਸਕਾਂਗੇ। ਅਤੇ ਆਹ ਚਾਕਾਂ ਦਾ ਟੱਕ ਯਾਦ ਨਾਲ ਲਾ ਲਿਓ ਜੀ, ਇਹ ਤੁਹਾਨੂੰ ਦੱਸਦਾ ਕਿਉਂ ਕਹਿ ਰਿਹਾ ਮੈਂ। ਕਟਿੰਗ ਇੱਦਾਂ ਹੋ ਗਈ ਹੈ ਜੀ, ਆਹ ਵੇਖੋ ਪੀਸ। ਹੁਣ ਆ ਪੀਸ ਪਾਸੇ ਕਰੋ, ਅਤੇ ਆਹ ਲਾਈਨਿੰਗ ਜਿਹੜਾ ਹੈਗਾ ਘੇਰੇ ਵਾਲੇ ਪਾਸਿਆਂ ਦੇ ਥੱਲੋਂ ਫੋਲਡਿੰਗ ਕਰ ਲਓ ਜੀ, ਘੇਰੇ ਵਾਲੀ ਸਾਈਡ ਤੋਂ ਜੀ ਬਰੀਕ ਜੀ ਫੋਲਡਿੰਗ ਕਰ ਲੈਣੀ ਆ। ਇਹ ਜੈਂਪਰ ਨਾਲੋਂ ਬਸ ਜਿੱਥੇ ਆਪਾਂ ਘੇਰਾ ਫੋਲਡ ਕਰਨਾ ਹੁੰਦਾ, ਘੇਰੇ ਫੋਲਡ ਤੋਂ ਇੱਕ ਡੇਢ ਇੰਚ ਬਸ ਉੱਪਰ ਉੱਪਰ ਰੱਖ ਕੇ ਆਪਾਂ ਕਟਿੰਗ ਕਰਨੀ ਹੁੰਦੀ ਹੈ, ਲਾਈਨਿੰਗ ਉੰਨੀ ਕੁ ਉੱਚੀ ਰੱਖਣੀ ਹੁੰਦੀ ਹੈ ਜੀ। ਇਹਦੀ ਇੱਦਾਂ ਫੋਲਡਿੰਗ ਕਰ ਲਓ ਦੋਨਾਂ ਪੀਸਾਂ ਦੀ, ਬਸ ਇੱਦਾਂ ਹੀ ਸੇਮ ਤਰੀਕੇ ਨਾਲ ਹੀ ਫੋਲਡਿੰਗ ਕਰ ਲਓ। ਲਾਈਨਿੰਗ ਕਟਿੰਗ ਵੇਲੇ ਧਿਆਨ 'ਚ ਰੱਖਿਆ ਕਰੋ, ਲਾਈਨਿੰਗ ਆਪਾਂ ਜੈਂਪਰ ਦੀ ਬਸ ਘੇਰੇ ਦੀ ਫੋਲਡਿੰਗ ਨਾਲੋਂ ਇੰਚ ਡੇਢ ਇੰਚ ਹੀ ਉੱਚੀ ਰੱਖ ਕੇ ਕਟਿੰਗ ਕਰਨੀ ਹੈ ਜੀ। ਜ਼ਿਆਦਾ ਨੀਵੀਂ ਰੱਖ ਕੇ ਘੇਰੇ ਵਿੱਚ ਫੋਲਡ ਹੋ ਜੂ, ਫਿਰ ਵਲ ਪੈਂਦਾ ਜੀ। ਸੇਮ ਦੂਜੇ ਪੱਲੇ ਦੀ ਵੀ ਆਪਾਂ ਫੋਲਡਿੰਗ ਕਰ ਲੈਣੀ ਘੇਰੇ ਦੀ। ਅਤੇ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਪ੍ਰੋਪਰ ਤਰੀਕੇ ਨਾਲ ਇਹਨੂੰ ਵਿਛਾ ਕੇ। ਇੱਦਾਂ ਇਹਦੀ ਫੋਲਡਿੰਗ ਕਰ ਲਓ ਬਸ। ਹੁਣ ਫੋਲਡਿੰਗ ਕਰਨ ਤੋਂ ਬਾਅਦ ਇਹਨੂੰ ਪੀਸ ਨੂੰ ਇਸ ਤਰ੍ਹਾਂ ਤੈਅ ਕਰ ਲਓ ਜਿਵੇਂ ਆਪਣਾ ਕਮੀਜ਼ ਫੋਲਡ ਕੀਤਾ ਹੋਇਆ ਹੁੰਦਾ ਜੀ। ਆਹ ਧਿਆਨ ਨਾਲ ਵੇਖੋ ਇੱਧਰ, ਆਹ ਪੀਸ ਨੂੰ ਆਪਾਂ ਇੱਦਾਂ ਫੋਲਡ ਕਰ ਲੈਣਾ ਪੂਰਾ ਬਰਾਬਰ ਕਰਕੇ, ਟੱਕ ਨਾਲ ਟੱਕ ਮਿਲਾ ਲਿਓ ਜਿਹੜੇ ਆਪਣੇ ਚਾਕਾਂ ਤੋਂ ਟੱਕ ਲਾਏ ਸੀ ਆਪਾਂ। ਹੁਣ ਇੱਕ ਛੋਟੀ ਜਿਹੀ ਦਾ ਬਹੁਤ ਧਿਆਨ ਰੱਖਣਾ ਤੁਸੀਂ, ਉਹ ਤੁਹਾਨੂੰ ਮੈਂ ਬਾਅਦ 'ਚ ਦੱਸੂਗਾ ਇਹ ਆਪਾਂ ਕੰਮ ਕਿਉਂ ਕਰਨ ਲੱਗੇ। ਆਹ ਚਾਕ ਦੇ ਬਰਾਬਰ ਰੱਖ ਕੇ ਨਾ ਤੁਸੀਂ ਇੱਕ ਛੋਟੀ ਜਿਹੀ ਅੱਧੇ ਪੌਣੇ ਅੱਧਾ ਜਾਂ ਪੌਣੇ ਇੰਚ ਦੀ ਤੁਸੀਂ ਪਲੇਟ ਪਾਉਣੀ ਹੈ ਇਹਦੇ ਵਿੱਚ ਸੈਂਟਰ ਵਾਲੀ ਸਾਈਡ ਜੀ। ਇਹ ਪਲੇਟ ਦਾ ਰੀਜ਼ਨ ਦੱਸੂਗਾ ਵੀ ਆਪਾਂ ਪਲੇਟ ਇਹ ਕਿਉਂ ਪਾਉਣੀ ਆ, ਵੀ ਅੱਗੇ ਆਪਣੇ ਕਿੱਥੇ ਕੰਮ ਆਊਗੀ ਪਲੇਟ ਜੀ। ਦੋਨਾਂ ਪੱਲਿਆਂ 'ਤੇ ਆਪਾਂ ਸੇਮ ਹੀ ਇੱਦਾਂ ਪਲੇਟ ਪਾਉਣੀ ਹੈ ਜੀ, ਬੈਕ ਪੱਲੇ 'ਤੇ ਵੀ ਸੇਮ ਹੀ ਪਾਉਣੀ ਆ, ਫਰੰਟ ਪੱਲੇ 'ਤੇ ਵੀ ਸੇਮ ਹੀ ਪਾਉਣੀ ਹੈ ਜੀ। ਮੋਸਟਲੀ ਤੁਸੀਂ ਵੇਖਿਆ ਹੋਊਗਾ ਤੁਹਾਡੀ ਲਾਈਨਿੰਗ ਦੀ ਖਿੱਚ ਮਾਰਨ ਲੱਗ ਪੈਂਦੀ ਹੁੰਦੀ, ਲਾਈਨਿੰਗ ਥੋੜ੍ਹੀ ਰਹਿ ਜਾਂਦੀ ਹੈ ਜੀ ਅਤੇ ਉੱਪਰਲਾ ਕੱਪੜਾ ਵੱਧ ਹੁੰਦਾ ਅਤੇ ਉੱਪਰਲੀ ਸਾਈਡ ਵਲ ਪੈਣ ਲੱਗ ਪੈਂਦੇ ਜੀ। ਇਹ ਉਸੇ ਕਰਕੇ ਪਾਈ ਜਾਂਦੀ ਹੈ ਜੀ, ਜਦੋਂ ਆਪਾਂ ਪੂਰਾ ਕਮੀਜ਼ ਬਣ ਜੂਗਾ ਤਾਂ ਪਲੇਟ ਆਪਾਂ ਦੇੜ ਦੇਵਾਂਗੇ, ਜਿਹਦੇ ਨਾਲ ਆਪਣਾ ਲਾਈਨਿੰਗ ਥੱਲੋਂ ਖਿੱਚ ਨਹੀਂ ਮਾਰੂਗੀ। ਇੱਦਾਂ ਦੀ ਭਾਣ ਬਣਾ ਲਓ, ਫਿਰ ਇਹਨੂੰ ਪ੍ਰੋਪਰ ਤਰੀਕੇ ਨਾਲ ਵਿਛਾ ਲਓ ਜੀ ਉੱਪਰ ਇਹਦੇ। ਫਿਰ ਆਪਣਾ ਪੀਸ ਰੱਖੋ ਜਿਹੜੇ ਪੀਸ ਦੀ ਆਪਾਂ ਕੱਚੀ ਬਣੀ, ਚਾਹੇ ਬੈਕ ਲੈ ਲਓ ਚਾਹੇ ਫਰੰਟ ਲੈ ਲਓ। ਆਪਾਂ ਇੱਕ ਵਾਰ ਕਟਿੰਗ ਆਪਾਂ ਬੈਕ ਪੱਲੇ ਦੇ ਹਿਸਾਬ 'ਤੇ ਕੀਤੀ ਹੋਈ ਹੈ ਸਾਰਿਆਂ ਦੀ, ਇਹ ਤਾਂ ਫਰੰਟ ਪੱਲਾ ਵੀ ਵਿਛ ਕੇ ਉਵੇਂ ਹੀ ਕੱਚੀ ਪੈ ਜੂਗੀ ਜੀ। ਕੋਈ ਵੀ ਪੱਲਾ ਚੱਕੋ ਬਸ ਇਹਦੇ ਉੱਪਰ ਵਿਛਾ ਲਓ।
इस तरह प्रोपर तरीके नाल इनू इहदे उपर विछा लो। एक चीज़ का बहुत ध्यान रखो, जिहड़ी भी तुसीं थल्ले प्लेट पाई आ आपां चाकां दे निशान तों ही चकनी है जी। कितने जे तुसीं उपरों चक लोगे तो फिर उपर तुहाडे लाइनिंग वाजू लाइनिंग च वल पैण लग जूगा जी। चाकां तों ही प्लेट चकनी आपां जिहड़ी थल्ले घेरे तक जाऊगी जी। तो मोस्टली लोग की करते हैं जी, कच्ची चाके मशीन नाल पा देंदे, जिहदे नाल की हुंदा एक तां अपना जैंपर कमीज़ पूरी खिच मारन लग पैंदा जी, तो दूसरी गल उहदे नाल ना कपड़े विच मोरियां हो जांदियां जी। तुसीं कदे वेख्या होगा जदों कच्ची पट्टदे हो ना, तुसीं मशीन वाली कच्ची जो पाई होंगी तुम पट्टोंगे वो सूट में मोरियां हो जाए जी। कई बार अपने को पीस बहुत कॉस्टली होंगे, फिर वो कस्टमर इतराज़ करता जी भी साढ़े सूट में मोरियां ज़्यादा हो गई जी। तुम्हें की करना हूँ, सिंपल जी अपनी तरपाई वाली सूई होंगी है जी, वो एक लंबा धागा पा लियो तो हाथ नाल कच्ची करनी तुम सारे सूट दी जी। इस तरह करके कच्ची शुरू करन तो पहला इस तरह एक बार इनू बन के शुरू करनी है जी। जितों भी कच्ची तुम शुरू करोगे दो बारी नंघा लियो बस, वो पक्का ही हो जाता एक तरीके से जी। बस इदूगा सारे पीस ते हाथ नाल कच्ची पाउनी है जी। तो जिहड़े जिहड़े नवे व्यूवर्स आ प्लीज़ चैनल नूं सबसक्राइब करो, तो जिहड़े पुराने सबसक्राइबर है गए वह वीडियो नूं लाइक शेयर जरूर करया करो, तां कि वीडियो अपनी होर उपर रैंकिंग जाऊगी तो 10 लोग वध वेख सकणगे, जिहदे नाल सारयां दा ही फायदा होगा जी। तो बैल आइकन प्रेस करना ना भुल्यो, जिहदे नाल तुहानूं साडियां सारियां नोटिफिकेशन टाइम नाल मिलदियां रहणगियां जी। आ देखो ध्यान नाल इदां ही कच्ची पाउणी तुसीं हत्थ नाल जी। मशीन नाल कच्ची पाउण दी गलती बिल्कुल भी ना करिया करो जी। मशीन नाल जदों कच्ची पाउने आ अपने सूट दी सत्यानाश हो जांदी आ, कोई फिनिशिंग नहीं रहिंदी पीस विच जी। क्योंकि साढ़े जिन्हें भी सूट साढ़े इतने बनते हैं जी, असं हाथ नाल ही कच्चा करके फिर ही रेडी करते हैं जी। मोस्टली की कहें मशीन नाल कच्ची पाउण नूं कहें, पर सूट बिल्कुल खराब हो जाता जी, सूट वो खिच मारन लग पैंदे जी। हाथ नाल कच्ची पाई पीस की वैसे ही फिनिशिंग बहुत वध जाती है जी। इस तरह करके तुसीं कच्ची पाउणी है जी, सारे पीस ते ध्यान वेखो, पहला सेंटर चो शुरू करनी है जी, बाद च पीस दे आपां चारे पासे कच्ची पाउणी है, ध्यान नाल तुसीं वेखो इहनूं। इस तरह सारी कच्ची पै जूगी जी। सारी कच्ची पैन तो बाद तुसीं की करना, कैंची चक्यो, जिहड़ी भी इहदी सारी वाध काट होगी वो आपां सारी कटिंग कर देनी है जी। जिवें आ ध्यान नाल वेखो, सारी कच्ची पैन तो बाद जिवें आ माड़ा माड़ा साइडां दा पीस वध जूगा वो सारी दी आपां कटिंग कर देनी है जी। प्रोपर तरीके नाल सारी कटिंग कर लियो, जिवें अपना फ्रंट पल्ला जां बैक पल्ला कटिया होवे बैक पल्ले दी कटिंग कीती हुई है जी। इदां ही करके सारे पीस की आपां वध काट छांट देवांगे जी। जिवें जिवें अपना बैक पीस हैगा, जिवें आ बैक काट कटी हुई है, ये नाल नाल बिल्कुल प्रोपर कटिंग कर लो जी। क्योंकि हुण जिवें आपां सिंपल सूट की बाद स्टिचिंग करते हैं सेम उस पीस होंगे रेडी हो जूगा जी। बस इस तरीके नाल आपां लाइनिंग अटैच करनी होंदी है जी। बाद जिवें आपां नॉर्मल जैंपर कोई भी कमीज बनाने जी, उस कमीज़ वांगू इहनू कमीज़ नूं रेडी करना जी। इदां सारे दी कटिंग कर लो प्रोपर। कटिंग करन तों बाद इहनू फोल्ड करके रख दो जी। फिर आपां चक्कांगे जी अपना फ्रंट पल्ला, फ्रंट पल्ले दी भी लाइनिंग सेम तरीके नाल उवें विछा लो। उवें इहनू विछा के इहदे उपर पीस आपां आपदा विछा लेना जी। फ्रंट पल्ला चंगी तरह उन्होंने विछा लो, कोई वल पत्ता ना रहे, क्योंकि मुड़के जिते कच्ची पै गई आप कटिंग करती फिर इन्हें लाइनिंग घट जाए अपनी थलों। पहला चंगी तरह इन विछा लो जी, सारे वल कोल कढ़ के लाइनिंग चो भी वल कढ़ के तो उपरों उपरले अपने पीस चो भी वल कढ़ के जी चंगी तरह इन विछा लो जी। दोनों पासे लैवल बराबर कर लिया करो भी, लाइनिंग उधर भी ओनी रहे तो इधर भी ओनी रहे।
इस तरीके ने सैटिंग कर लियो जी। दोनों पास एक मार्जिन छड़ के लाइनिंग का फिर कच्ची पानी शुरू करो जी। सेम उस तरीके ही आप तो पक्का करके बस उदा ही कच्ची पा देनी आप जी, जिवें आप पहला बैक पल्ले ते पाई सी सेम उस तरीके ही सारे पीस ते हाथ नाल ही कच्ची करांगे जी। सेंटर चो कच्ची पानी शुरू कर लिया करो, इदा करके मुड़ के सारे पीस ते अपनी कच्ची पै जूगी जी। जिहड़ी फिर इहदी वाध काट होगी सारी आप फिर उवें छांट देवांगे जी। सारे पीस ते इस तरीके नाल कच्ची पा लो जी, प्रोपर तरीके नाल पीस उपर विस जूगा सारा जी। ਇਹਦੀ ਕਟਿੰਗ ਕਰ ਲਓ, ਕਟਿੰਗ ਕਰਕੇ ਮੁੜ ਕੇ ਇਹਨੂੰ ਫੋਲਡ ਕਰ ਲਾਂਗੇ ਆਪਾਂ। ਇਹਨੂੰ ਵੀ ਉਵੇਂ ਹੀ ਇਕੱਠਾ ਕਰਕੇ ਰੱਖ ਦਿੰਦੇ ਹਾਂ ਜੀ ਆਪਾਂ। ਹੁਣ ਤੁਸੀਂ ਜਿਵੇਂ ਆਪਣੇ ਨੋਰਮਲ ਕਮੀਜ਼ 'ਤੇ ਪਲੇਟਾਂ ਦਾ ਨਿਸ਼ਾਨ ਲਾਉਂਦੇ ਹੋ ਜੀ, ਉਵੇਂ ਨਿਸ਼ਾਨ ਲਾ ਲਓ ਅਤੇ ਆਪਾਂ ਪਲੇਟਾਂ 'ਤੇ ਵੀ ਕੱਚੀ ਪਾਉਣੀ ਹੈ। ਯਾਦ ਰੱਖਿਓ ਬਿਨਾਂ ਕੱਚੀ ਤੋਂ ਪਲੇਟਾਂ ਨਾ ਚੱਕਿਆ ਕਰੋ ਜੀ। ਜਦੋਂ ਵੀ ਤੁਸੀਂ ਬਿਨਾਂ ਕੱਚੀ ਪਾਏ ਪਲੇਟਾਂ ਚੱਕਦੇ ਹੋ ਤਾਂ ਕੀ ਹੁੰਦਾ, ਇਕੱਲੇ ਬੈਕ ਪੱਲੇ 'ਤੇ ਲਾਈਨਿੰਗ 'ਤੇ ਇਕੱਲੀ ਪਲੇਟ ਪੈ ਜਾਂਦੀ ਹੈ ਜੀ, ਅਤੇ ਫਰੰਟ ਪੱਲੇ 'ਤੇ ਪਲੇਟ ਨਹੀਂ ਪੈਂਦੀ ਜੀ, ਜਿਹਦੇ ਨਾਲ ਪਲੇਟਾਂ ਦਾ ਬੈਲੈਂਸ ਵਿਗੜ ਜਾਂਦਾ, ਫਿਟਿੰਗ ਫਿਰ ਪ੍ਰੋਪਰ ਨਹੀਂ ਆਉਂਦੀ ਜੀ, ਫਿਟਿੰਗ 'ਚ ਬਹੁਤ ਘਪਲਾ ਹੋ ਜਾਂਦਾ। ਬਿਨਾਂ ਕੱਚੀ ਪਾਏ ਤੁਸੀਂ ਕੋਈ ਵੀ ਪਲੇਟ ਨਹੀਂ ਪਾਉਣੀ ਜੀ। ਹਾਂ ਕਈ ਜਿਹੜੇ ਐਕਸਪਰਟ ਹੁੰਦੇ ਆ ਉਹ ਨਾਲ ਇਕੱਠੀ ਪਾ ਲੈਂਦੇ ਆ, ਉਹਨਾਂ ਦਾ ਚਲੋ ਕੀ ਕਹਿਣਾ ਜੀ, ਪਰ ਮੋਸਟਲੀ ਇਸੇ ਗੱਲ ਦਾ ਹੀ ਘਪਲਾ ਹੁੰਦਾ ਜੀ, ਇਕੱਲੇ ਲਾਈਨਿੰਗ 'ਤੇ ਪਲੇਟ ਪੈ ਜਾਂਦੀ ਹੈ ਜੀ, ਅਤੇ ਆਪਣੇ ਜੈਂਪਰ ਜਾਂ ਪੀਸ ਕੋਈ ਵੀ ਉਹ 'ਤੇ ਪਲੇਟ ਨਹੀਂ ਪੈਂਦੀ ਜੀ। ਸਾਰੇ ਪੀਸ 'ਤੇ ਪ੍ਰੋਪਰ ਤਰੀਕੇ ਨਾਲ ਆਪਾਂ ਇੱਦਾਂ ਹੀ ਪਲੇਟਾਂ ਜਿਵੇਂ ਆਪਾਂ ਪਾਈਆਂ ਹੋਈਆਂ ਪਲੇਟਾਂ ਦਾ ਨਿਸ਼ਾਨ ਲਾ ਕੇ ਫਿਰ ਪਲੇਟਾਂ 'ਤੇ ਇਹਦਾ ਕੱਚੀ ਪਾਉਣੀ ਹੈ ਜੀ। ਕੋਈ ਵੀ ਪਲੇਟ ਇੱਦਾਂ ਦੀ ਨਾ ਹੋਵੇ ਜੀ ਅਤੇ ਤੁਸੀਂ ਕੱਚੀ ਨਾ ਪਾਈ ਹੋਵੇ ਜੀ। ਇਸ ਤਰੀਕੇ ਨਾਲ ਇੱਧਰ ਐਂ ਬੰਨ ਲਿਆ ਕਰੋ ਪਲੇਟ 'ਤੇ ਕੱਚੀ ਪਾਉਣ ਤੋਂ ਬਾਅਦ ਜੀ। ਇਕੱਲੀ ਇਕੱਲੀ ਪਲੇਟ 'ਤੇ ਜਿਵੇਂ ਤੁਸੀਂ ਨਿਸ਼ਾਨ ਲਾਏ ਬਸ ਉਵੇਂ ਹੀ ਜਿੱਥੋਂ ਆਪਣੀ ਸ਼ੁਰੂ ਹੁੰਦੀ ਪਲੇਟ ਉੱਥੋਂ ਨਿਸ਼ਾਨ ਚੱਕ ਕੇ ਜੀ, ਉੱਥੋਂ ਪੱਕਾ ਕਰਕੇ ਅਤੇ ਜਿੱਥੇ ਖਤਮ ਹੁੰਦੀ ਹੈ ਉੱਥੋਂ ਤੱਕ ਪੱਕਾ ਕਰ ਦਿਓ ਜੀ। ਸਾਰੀਆਂ ਪਲੇਟਾਂ 'ਤੇ ਆਪਾਂ ਕੱਚੀ ਪਾਉਣੀ ਹੀ ਪਾਉਣੀ ਹੈ, ਇਹ ਗੱਲ ਆਪਣੇ ਦਿਮਾਗ 'ਚ ਰੱਖ ਲਓ ਜੀ। ਕਾਲੀ ਵਾਲਾ ਕੋਈ ਕੰਮ ਨਾ ਕਰਿਆ ਕਰੋ, ਕਾਲੀ ਵਿੱਚ ਕੀ ਆਪਾਂ ਸੂਟ ਦਾ ਸੱਤਿਆਨਾਸ਼ ਕਰ ਦਿੰਦੇ ਹਾਂ ਜੀ, 2 ਮਿੰਟ ਵੱਧ ਲੱਗ ਜਾਣ ਉਹਦਾ ਕੋਈ ਦੁੱਖ ਨਹੀਂ ਹੁੰਦਾ ਜੀ, ਜੇ ਚੀਜ਼ ਆਪਣੀ ਪੂਰੀ ਫਿਨਿਸ਼ਿੰਗ ਨਾਲ ਬਣੀ ਹੋਊਗੀ ਤਾਂ। ਜੇ ਪੀਸ ਨੂੰ ਤੁਸੀਂ ਪੂਰਾ ਫਿਨਿਸ਼ਿੰਗ ਵਿੱਚ ਬਣਾਉਣਾ ਤਾਂ ਫਿਰ 2 ਮਿੰਟ ਵੱਧ ਲਾਏ ਚੰਗੇ ਆ ਜੀ, ਕਿਉਂਕਿ ਸੱਤਿਆਨਾਸ਼ ਕਰਨ ਨਾਲੋਂ ਇਹ ਚੰਗਾ ਵੀ ਚਲੋ 10 ਮਿੰਟ ਵੱਧ ਲੱਗ ਜਾਣ, ਕੋਈ ਚੱਕਰ ਨਹੀਂ ਜੀ। ਜੇ ਪੀਸ 'ਚ ਫਿਨਿਸ਼ਿੰਗ ਦੇਣੀ ਹੈ ਤਾਂ ਕੱਚੀ ਪਾਉਣੀ ਨਾ ਭੁੱਲਿਓ ਜੀ। ਵਾਰੀ ਵਾਰੀ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ, ਜੇ ਜ਼ਿਆਦਾ ਸਟਾਰਗਿਰੀ ਆਉਂਦੀ ਆ। ਇੱਦਾਂ ਕਰਕੇ ਆਪਾਂ ਸਾਰੇ ਪੀਸਾਂ 'ਤੇ ਕੱਚੀ ਪਾ ਲਈਆਂ ਜੀ, ਪ੍ਰੋਪਰ ਢੰਗ ਨਾਲ ਚੈੱਕ ਕਰ ਲਓ। ਸੇਮ ਫਿਰ ਆਪਾਂ ਇਸੇ ਤਰੀਕੇ ਨਾਲ ਹੀ ਜਦੋਂ ਸਾਰਿਆਂ 'ਤੇ ਕੱਚੀ ਪੈ ਗਈ ਆਪਾਂ ਬੈਕ ਪੱਲੇ 'ਤੇ ਵੀ ਸੇਮ ਪਲੇਟਾਂ ਦਾ ਨਿਸ਼ਾਨ ਲਾ ਕੇ ਸੇਮ ਬੈਕ ਪੱਲੇ 'ਤੇ ਵੀ ਉਵੇਂ ਕੱਚੀ ਪਾਵਾਂਗੇ ਜੀ। ਐਂਡ ਤੋਂ ਪੱਕਾ ਕਰਨਾ ਤਾਂ ਜ਼ਰੂਰੀ ਹੁੰਦਾ, ਕਈ ਵਾਰੀ ਆਪਣਾ ਧਾਗਾ ਹੈ ਕਿਤੇ ਕਿਸੇ ਚੀਜ਼ ਚੜ ਕੇ ਨਿਕਲ ਨਾ ਜਾਵੇ ਜੀ, ਤਾਂ ਕਰਕੇ ਹੱਥ ਨਾਲ ਕੱਚੀ ਪਾ ਕੇ ਐਂਡ ਤੋਂ ਬੰਨਣਾ ਪੈਂਦਾ ਜੀ। ਜੇ ਤੁਸੀਂ ਮਸ਼ੀਨ ਨਾਲ ਕੱਚੀ ਪਾਉਂਦੇ ਤਾਂ ਪਲੇਟਾਂ ਦੀ ਖਿੱਚ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੀ, ਪੀਸ ਵਿੱਚੋਂ ਖਿੱਚ ਮਾਰਨ ਲੱਗ ਪੈਂਦਾ। ਮਸ਼ੀਨ ਨਾਲ ਕੱਚੀ ਕਦੇ ਵੀ ਨਾ ਪਾਇਓ, ਬਾਕੀ ਆਪਣਾ ਤਾਂ ਕਹਿਣਾ ਫਰਜ਼ ਹੈ ਜੀ, ਕਰਨੀ ਤਾਂ ਸਾਰਿਆਂ ਨੇ ਆਪਦੇ ਦਿਲ ਦੀ ਆ। ਜਿਹੜਾ ਪ੍ਰੋਪਰ ਤਰੀਕਾ ਸਹੀ ਤਰੀਕਾ ਆਪਾਂ ਤਾਂ ਉਹ ਤਰੀਕੇ ਨਾਲ ਤੁਹਾਨੂੰ ਗਾਈਡ ਕਰਦੇ ਪਏ ਜੀ, ਬਾਕੀ ਤੁਹਾਡੀ ਆਪਦੀ ਮਰਜ਼ੀ ਹੈ ਜੀ। ਹਰੇਕ ਪੀਸ ਨੂੰ ਪ੍ਰੋਪਰ ਤਰੀਕੇ ਨਾਲ ਕੱਚੀ ਪਾ ਕੇ ਜੀ, ਇਕੱਲੇ ਇਕੱਲੇ ਪੀਸ ਨੂੰ, ਮਤਲਬ ਜੈਂਪਰ ਬਣਾਉਣ ਤੋਂ ਪਹਿਲਾਂ ਆਪਾਂ ਪੂਰੀ ਉਹਦੀ ਤਿਆਰੀ ਕਰਨੀ ਹੁੰਦੀ ਹੈ ਜੀ ਕੱਚਾ ਕਰਕੇ, ਫਿਰ ਉਦੋਂ ਬਾਅਦ 'ਚ ਇਹਦੀ ਸਟਿਚਿੰਗ ਕਰਨੀ ਹੁੰਦੀ ਆਪਾਂ ਨੇ। ਵੈਸੇ ਅਸੀਂ ਇਹ 'ਚ ਪ੍ਰੈੱਸ ਨਹੀਂ ਮਾਰੀ ਕਿਉਂਕਿ ਲਾਈਨਿੰਗ 'ਤੇ ਅਸੀਂ ਪਹਿਲਾਂ ਪ੍ਰੈੱਸ ਮਾਰੀ ਹੋਈ ਸੀਗੀ, ਅਤੇ ਤੁਸੀਂ ਕੱਚੀ ਪਾਉਣ ਤੋਂ ਪਹਿਲਾਂ ਪੀਸ 'ਤੇ ਪ੍ਰੈੱਸ ਜ਼ਰੂਰ ਮਾਰ ਲਿਆ ਕਰੋ ਤਾਂ ਕਿ ਪ੍ਰੋਪਰ ਤਰੀਕੇ ਨਾਲ ਪੀਸ ਇੱਕ ਦੂਜੇ ਨਾਲ ਵਿਸ ਜਾਵੇ, ਚੰਗੀ ਤਰ੍ਹਾਂ ਫਿਕਸ ਹੋ ਜਾਵੇ। ਹੁਣ ਆਪਾਂ ਬੈਕ ਪੱਲੇ 'ਤੇ ਸੇਮ ਉਵੇਂ ਪਲੇਟਾਂ ਪਾਉਣੀਆਂ ਜੀ, ਜਿਵੇਂ ਆਪਾਂ ਫਰੰਟ ਪੱਲੇ 'ਤੇ ਪਲੇਟਾਂ ਪਾਈਆਂ ਜੀ, ਉਵੇਂ ਪੱਕਾ ਕਰ ਦੇਣਾ ਜੀ। ਇੱਕ ਮੋਸਟਲੀ ਲੋਕ ਪੁੱਛਦੇ ਵੀ ਆਪਾਂ ਇੰਚੀ ਟੇਪ ਕਿਹੜਾ ਯੂਜ਼ ਕਰੀਏ, ਇੰਚੀ ਟੇਪ ਜਿਹੜਾ ਆਉਂਦਾ ਨਾ ਜੀ ਕਰਾਊਨ ਦਾ ਹੀ ਆਉਂਦੇ ਆ ਜੀ, ਸਭ ਤੋਂ ਬੈਸਟ 30-35 ਰੁਪਏ ਦਾ ਇੰਚੀ ਟੇਪ ਹੋਣਾ ਜੀ, ਪਰ ਸਭ ਤੋਂ ਵਧੀਆ ਸੋਫਟ ਗਰਮੀਆਂ ਸਰਦੀਆਂ ਵਿੱਚ ਸਭ ਤੋਂ ਵਧੀਆ ਰਹਿੰਦਾ ਜੀ, ਮਤਲਬ ਇਹ ਨਾ ਤਾਂ ਹਾਰਡ ਹੁੰਦਾ ਜੀ, ਸੋਫਟ ਜਿਵੇਂ ਗਰਮੀਆਂ 'ਚ ਹੁੰਦਾ ਉਵੇਂ ਹੀ ਸਰਦੀਆਂ ਵਿੱਚ ਸੋਫਟ ਰਹਿੰਦਾ ਜੀ। ਮੈਂ ਤਾਂ ਇਹੀ ਰਿਕਮੈਂਡ ਕਰੂੰਗਾ ਵੀ ਤੁਸੀਂ ਇਹੀ ਵਰਤੋ ਜੀ। ਇਸ ਤਰ੍ਹਾਂ ਆਪਾਂ ਕੱਚੀ ਪਾ ਲੈਣੀ ਬੈਕ ਪੱਲੇ 'ਤੇ ਜੀ।
ਹੁਣ ਆਪਾਂ ਇੱਦੂ ਬਾਅਦ 'ਚ ਕੱਚੀ ਪਾਵਾਂਗੇ ਜੀ ਬਾਹਾਂ ਦੀ। ਜਿਹੜਾ ਆਪਣਾ ਪੀਸ ਉਹ ਪੀਸ ਨਾਲੋਂ ਵਧਿਆ ਸੀਗਾ ਜੀ ਲਾਈਨਿੰਗ ਨਾਲੋਂ, ਉਹ ਪੀਸ ਨੂੰ ਆਪਾਂ ਇਸੇ ਤਰੀਕੇ ਨਾਲ ਵਿਛਾ ਲੈਣਾ ਜੀ। ਪੀਸ ਦੀ ਆਪਾਂ ਪਹਿਲਾਂ ਵੀ ਕਟਿੰਗ ਕਰ ਸਕਦੇ ਹਾਂ ਜੀ ਲਾਈਨਿੰਗ ਰੱਖ ਕੇ, ਜਾਂ ਪਹਿਲਾਂ ਕੱਚੀ ਪਾ ਕੇ ਬਾਅਦ 'ਚ ਵੀ ਕਟਿੰਗ ਕਰ ਸਕਦੇ ਹਾਂ ਜੀ। ਪੀਸ ਉੱਪਰ ਵਿਛਾ ਲਓ ਬੇਸ਼ੱਕ, ਪਹਿਲਾਂ ਇਹਦੀ ਕਟਿੰਗ ਕਰ ਲਓ ਅਤੇ ਜਾਂ ਕੱਚੀ ਪਾਉਣ ਤੋਂ ਬਾਅਦ ਵੀ ਕਟਿੰਗ ਕਰ ਸਕਦੇ ਹੋ ਤੁਸੀਂ। ਪਾਉਣੀ ਹੱਥ ਨਾਲ ਹੀ ਕੱਚੀ, ਇਹ ਗੱਲ ਧਿਆਨ 'ਚ ਰੱਖਿਓ ਜੀ। ਵਾਰੀ ਵਾਰੀ ਮੈਂ ਇੱਕੋ ਹੀ ਗੱਲ ਕਹਿੰਦਾ, ਮਤਲਬ ਵਧੀਆ ਰਿਜ਼ਲਟ ਲੈਣ ਲਈ ਤੁਹਾਨੂੰ ਹੱਥ ਨਾਲ ਹੀ ਕੱਚੀ ਪਾਉਣੀ ਪਊਗੀ ਜੀ। ਕੱਚੀ ਮਸ਼ੀਨ ਨਾਲ ਵੀ ਪੈ ਜਾਂਦੀ ਹੈ ਪਰ ਉਹਦਾ ਰਿਜ਼ਲਟ ਇੰਨਾ ਵਧੀਆ ਨਹੀਂ ਹੁੰਦਾ ਜੀ, ਕੋਈ ਫਿਨਿਸ਼ਿੰਗ ਨਹੀਂ ਆਉਂਦੀ ਪੀਸ ਦੇ ਵਿੱਚ ਜੀ। ਇਹ ਤਾਂ ਤੁਸੀਂ ਪਹਿਲਾਂ ਕਟਿੰਗ ਕਰ ਸਕਦੇ ਹੋ ਫਰੰਟ ਪੀਸ ਤੋਂ, ਕਟਿੰਗ ਕੁਟਿੰਗ ਕਰ ਲਓ ਸਾਰੀ ਅਤੇ ਕੱਚੀ ਪਾ ਕੇ ਬਾਅਦ 'ਚ ਵੱਧ ਘੱਟ ਫਿਰ ਛਾਂਟ ਲਈ ਜਾਊਗੀ ਜੀ। ਇੱਦਾਂ ਇਹਦੇ 'ਤੇ ਵੀ ਕੱਚੀ ਪਾ ਕੇ ਆਪਣੀ ਵੱਧ ਘੱਟ ਮਾੜੀ ਮੋਟੀ ਜਿਹੜੀ ਆਪਾਂ ਬਾਅਦ 'ਚ ਛਾਂਟਾਂਗੇ ਜੀ ਕੱਚੀ ਪਾਉਣ ਤੋਂ ਬਾਅਦ। ਆਹ ਪੀਸ ਹੁਣ ਲਾਈਨਿੰਗ 2 ਪੀਸ ਸੀਗੇ, ਇਹ ਅੱਧ ਕਰ ਲਿਆ ਜੀ। ਹੁਣ ਇੱਕ ਪੱਲਾ ਲਾਈਨਿੰਗ ਦਾ ਚੱਕੋ ਅਤੇ ਇੱਕ ਪੱਲਾ ਬਾਜੂ ਦਾ ਜੀ, ਉਹਨੂੰ ਇੱਦਾਂ ਹੀ ਰੱਖ ਲਓ। ਅਤੇ ਹੁਣ ਇਹਦੇ 'ਤੇ ਆਪਾਂ ਕੱਚੀ ਪਾਉਣੀ ਹੈ ਜੀ, ਜਿਵੇਂ ਆਪਾਂ ਸੇਮ ਉਸੇ ਤਰੀਕੇ ਨਾਲ ਜੀ, ਪਹਿਲਾਂ ਸੈਂਟਰ ਵਿੱਚ ਕੱਚੀ ਪਾ ਲਿਓ, ਬਾਅਦ 'ਚ ਆਸੇ ਪਾਸੇ ਘੁੰਮਾ ਦਾਂਗੇ ਸਾਰੇ ਪੀਸਾਂ 'ਤੇ। ਇੱਦਾਂ ਕੱਚੀ ਪਾਉਣ ਨਾਲ ਆਪਣਾ ਜੈਂਪਰ ਜਮਾ ਰੈਡੀ ਹੋਣ ਵਾਸਤੇ ਤਿਆਰ ਹੋ ਜੂਗਾ ਜੀ, ਮਤਲਬ ਕੱਚਾ ਹੋ ਜੂਗਾ। ਫਿਰ ਇਹਨੂੰ ਆਪਾਂ ਜਿਵੇਂ ਆਪਾਂ ਸਿੰਪਲ ਜੈਂਪਰ ਰੈਡੀ ਕਰਦੇ ਹਾਂ ਉਵੇਂ ਹੀ ਇਹਨੂੰ ਸਟਿਚ ਕੀਤਾ ਜਾਊਗਾ ਜੀ, ਹੋਰ ਇਹਦੇ ਵਿੱਚ ਕੋਈ ਖਾਸ ਨਹੀਂ ਜੀ। ਬਸ ਕੱਚਾ ਕਰਨ ਦਾ ਤਰੀਕਾ ਤੁਹਾਨੂੰ ਦੱਸਣਾ ਸੀਗਾ ਜੀ। ਇਸ ਤੋਂ ਬਾਅਦ ਤੁਸੀਂ ਸਿੰਪਲ ਸੂਟ ਵਾਂਗੂ ਸਟਿਚਿੰਗ ਆਪਦੀ ਉਵੇਂ ਹੀ ਸ਼ੁਰੂ ਕਰ ਸਕਦੇ ਹੋ, ਜਿਵੇਂ ਤੁਸੀਂ ਨੋਰਮਲ ਕੋਈ ਵੀ ਸੂਟ ਸਟਿਚ ਕਰਦੇ ਹੋ। ਇੱਦਾਂ ਕਰਕੇ ਆਪਾਂ ਡਬਲ ਸੂਟ ਦੀ ਸਟਿਚਿੰਗ ਕਰ ਸਕਦੇ ਹਾਂ ਜੀ। ਬਾਕੀ ਜੇ ਕਿਸੇ ਦੇ ਮਨ ਵਿੱਚ ਕੋਈ ਡਾਊਟ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ ਜੀ, ਉਹਦਾ ਕਮੈਂਟ ਦਾ ਰਿਪਲਾਈ ਜ਼ਰੂਰ ਕੀਤਾ ਜਾਊਗਾ ਜੀ। ਅਤੇ ਜੇ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਸਾਡੀ ਵੀਡੀਓ ਦੇ ਲਈ ਉਹ ਵੀ ਜ਼ਰੂਰ ਦੱਸਿਓ ਜੀ, ਅਗਲੀ ਵਾਰੀ ਤੋਂ ਅਸੀਂ ਉਹ ਵੀਡੀਓ ਵਿੱਚ ਆਪਦਾ ਇੰਪਰੂਵਮੈਂਟ ਕਰਾਂਗੇ ਜੀ। ਹੁਣ ਸੂਟ ਸਟਿਚ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਜਿਹੜੀ ਆਪਾਂ ਲਾਈਨਿੰਗ ਵਿੱਚ ਘੇਰੇ ਦੇ ਕੋਲ ਪਲੇਟ ਪਾਈ ਸੀ ਉਹਦਾ ਕੀ ਕਰਨਾ ਜੀ। ਹੁਣ ਆਹ ਪੀਸ ਵੇਖੋ ਧਿਆਨ ਨਾਲ, ਮੋਸਟਲੀ ਕੀ ਹੁੰਦਾ ਬਾਅਦ 'ਚ ਆਪਣੀ ਨਾ ਲਾਈਨਿੰਗ ਘੱਟ ਜਾਂਦੀ ਹੁੰਦੀ ਹੈ ਜੀ, ਅਤੇ ਥੋੜਾ ਪੀਸ ਵਧਣ ਲੱਗ ਪੈਂਦਾ ਹੁੰਦਾ, ਮਤਲਬ ਜਿਹਦੇ ਨਾਲ ਇੱਦਾਂ ਲੱਗਦਾ ਵੀ ਲਾਈਨਿੰਗ ਥੱਲੇ ਘੱਟ ਲੱਗੀ ਹੋਈ ਹੈ ਜੀ, ਅਤੇ ਆਪਣੀ ਲਾਈਨਿੰਗ ਖਿੱਚ ਮਾਰੀ ਜਾਂਦੀ ਹੁੰਦੀ ਆ। ਇਹ ਪਲੇਟ ਉਹਦੇ ਵਾਸਤੇ ਹੋਣਾ, ਜਿਵੇਂ ਮੰਨ ਲਓ ਆਪਾਂ ਪਲੇਟ ਉਧੇੜ ਦੇਵਾਂਗੇ, ਉਸ ਤੋਂ ਬਾਅਦ ਕੀ ਹੋਊਗਾ ਆਪਣੀ ਲਾਈਨਿੰਗ ਢਿੱਲੀ ਰਹਿ ਜੂਗੀ ਜੀ, ਮਤਲਬ ਅਗਲੇ ਪੀਸ ਵਿੱਚ ਕੋਈ ਖਿੱਚ ਨਹੀਂ ਆਊਗੀ ਕਿਸੇ ਤਰੀਕੇ ਦਾ। ਕਈ ਵਾਰੀ ਮੋਸਟਲੀ ਕੇਸਾਂ ਵਿੱਚ ਕੀ ਹੁੰਦਾ ਵੀ ਆਪਣਾ ਫਰੰਟ ਪੱਲਾ ਜਿਹੜਾ ਉਹ ਵਧੀ ਜਾਂਦਾ ਹੁੰਦਾ ਜੀ, ਅਤੇ ਉਹਨਾਂ ਪਲੇਟ ਜਦੋਂ ਆਪਾਂ ਦੇੜ ਦੇਵਾਂਗੇ, ਇਹ ਪਲੇਟ ਆਪਾਂ ਚੱਕਾਂ ਤੱਕ ਹੀ ਪਾਈ ਸੀਗੀ ਜੀ, ਇਹ ਪਲੇਟ ਜਦੋਂ ਆਪਾਂ ਦੇੜ ਦੇਵਾਂਗੇ ਤਾਂ ਲਾਈਨਿੰਗ ਆਪਣੀ ਪੂਰੀ ਵਿੱਚ ਲੂਜ਼ ਹੋ ਜੂਗੀ, ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਊਗੀ ਜੀ। ਉਮੀਦ ਕਰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਸਪੋਰਟ ਕਰਿਓ ਜੀ, ਅਤੇ ਅੱਗੇ ਤੋਂ ਤੁਹਾਡੇ ਲਈ ਇੱਦਾਂ ਦੀ ਵੀਡੀਓ ਲਿਆਉਂਦੇ ਰਹਾਂਗੇ। ਚਲੋ ਮਿਲਦੇ ਹਾਂ ਅਗਲੇ ਵੀਕ ਕਿਸੇ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।